ਦੇਖੋ ਅੱਜ ਆਪਾਂ ਅੰਮ੍ਰਿਤਸਰ ਰੂਰਲ 'ਚ ਆਏ ਹਾਂ ਅਤੇ ਤੁਸੀਂ ਦੇਖਿਆ ਹੈ ਕਿ ਕਿੰਨੇ ਖੁੱਲ੍ਹ ਕੇ ਇੱਥੋਂ ਦੇ ਪਰਿਵਾਰ BJP 'ਚ ਜੁਆਇਨ ਕਰ ਰਹੇ ਨੇ। ਨਾਮ ਦੱਸ ਜੀ ਆਪਣਾ ਪਿੰਡ ਦਾ। ਮੇਰਾ ਨਾਮ ਹੀਰਾ ਸਿੰਘ ਪੰਡੋਰੀ। ਕਿਹੜੀ ਪਾਰਟੀ ਖੜੀ ਹੈ? ਮੈਂ ਅਕਾਲੀ ਦਲ ਨੂੰ ਛੱਡਿਆ ਜੀ। 23 ਸਾਲ ਸੇਵਾਵਾਂ ਨਿਭਾਈਆਂ ਅਕਾਲੀ ਦਲ ਦੇ ਵਿੱਚ। 2007 ਤੋਂ ਲੈ ਕੇ ਅੱਜ ਤੱਕ ਅਕਾਲੀ ਦਲ ਦੀ ਹੀ ਸੇਵਾ ਕਰਦੇ ਰਹੇ ਹਾਂ ਅਤੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੀ ਸੇਵਾ ਕੀਤੀ ਆ। ਮੈਂ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਡਾਕਟਰ ਸਾਹਿਬ ਨੂੰ ਕਿ ਜਿਸ ਤਰ੍ਹਾਂ ਅਕਾਲੀ ਦਲ ਦੇ ਵਿੱਚ 23 ਸਾਲ ਲਗਾਤਾਰ ਸੇਵਾ ਕੀਤੀ ਨਾ ਜੁਝਾਰੂ ਬਣ ਕੇ, ਇਸੇ ਤਰ੍ਹਾਂ ਤੁਹਾਨੂੰ ਟਾਰੀ ਹਲਕੇ ਦੇ ਵਿੱਚੋਂ ਸੇਵਾ ਕਰਕੇ ਮਾਣ ਵਧਾਵਾਂਗੇ ਅਤੇ ਤੁਹਾਨੂੰ ਜਿੱਤ ਪ੍ਰਾਪਤ ਕਰਾਵਾਂਗੇ। ਜਿੰਨੇ ਪੰਜਾਬੀਆਂ ਨੇ ਅੱਜ BJP ਜੁਆਇਨ ਕੀਤੀ ਆ ਉਹਨਾਂ ਦਾ ਅਸੀਂ ਪੁਰਜ਼ੋਰ ਪਾਰਟੀ 'ਚ ਸਵਾਗਤ ਕਰਦੇ ਹਾਂ ਔਰ ਉਹਨਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਪਾਰਟੀ ਹਮੇਸ਼ਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੂਗੀ। ਨਾਮ ਦੱਸ ਜੀ ਆਪਣਾ ਪਿੰਡ ਦਾ। ਮੇਰਾ ਨਾਮ ਹੀਰਾ ਸਿੰਘ ਪੰਡੋਰੀ। ਕਿਹੜੀ ਪਾਰਟੀ ਖੜੀ ਹੈ? ਮੈਂ ਅਕਾਲੀ ਦਲ ਨੂੰ ਛੱਡਿਆ ਜੀ। 23 ਸਾਲ ਸੇਵਾਵਾਂ ਨਿਭਾਈਆਂ ਅਕਾਲੀ ਦਲ ਦੇ ਵਿੱਚ। 2007 ਤੋਂ ਲੈ ਕੇ ਅੱਜ ਤੱਕ ਅਕਾਲੀ ਦਲ ਦੀ ਹੀ ਸੇਵਾ ਕਰਦੇ ਰਹੇ ਹਾਂ ਅਤੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੀ ਸੇਵਾ ਕੀਤੀ ਆ। ਮੈਂ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਡਾਕਟਰ ਸਾਹਿਬ ਨੂੰ ਕਿ ਜਿਸ ਤਰ੍ਹਾਂ ਅਕਾਲੀ ਦਲ ਦੇ ਵਿੱਚ 23 ਸਾਲ ਲਗਾਤਾਰ ਸੇਵਾ ਕੀਤੀ ਨਾ ਜੁਝਾਰੂ ਬਣ ਕੇ, ਇਸੇ ਤਰ੍ਹਾਂ ਤੁਹਾਨੂੰ ਟਾਰੀ ਹਲਕੇ ਦੇ ਵਿੱਚੋਂ ਸੇਵਾ ਕਰਕੇ ਮਾਣ ਵਧਾਵਾਂਗੇ ਅਤੇ ਤੁਹਾਨੂੰ ਜਿੱਤ ਪ੍ਰਾਪਤ ਕਰਾਵਾਂਗੇ। ਅਜਿਹਾ ਕੀ ਕਾਰਨ ਬਣ ਗਿਆ ਵੀ 23 ਸਾਲ ਪਾਰਟੀ ਨੂੰ ਜੁਆਇਨ ਕੀਤੀ? ਕੰਮ ਕੀਤਾ? ਵੇਖੋ ਜਿਹੜੇ ਲੀਡਰ ਆ ਨਾ ਇਸ ਵੇਲੇ ਲੀਡਰਾਂ ਦੀ ਕੋਈ ਥਿਊਰੀ ਆਪਣੀ ਚੱਲ ਰਹੀ ਆ ਕਿ ਵਰਕਰਾਂ ਨੂੰ ਕਿੱਦਾਂ ਆਪਾਂ ਪਿੰਡਾਂ ਦੇ ਵਿੱਚ ਸੈਟਲਮੈਂਟ ਕਰਨੀ ਹੈ। ਤਕਰੀਬਨ ਮੇਰੇ ਪਿੰਡ ਤੋਂ 7 ਸਾਲ ਹੋ ਗਏ ਸੀ ਜਿਹੜਾ ਅਕਾਲੀ ਪਰਿਵਾਰ ਸੀ। ਪਹਿਲਾਂ ਅਕਾਲੀ ਰਿਹਾ, ਉਹਨਾਂ 10 ਸਾਲ ਗਰਾਂਡਾਂ ਵੀ ਖਾਧੀਆਂ, ਸਰਪੰਚੀ ਵੀ ਕੀਤੀ ਆ, ਅਕਾਲੀ ਸਰਕਾਰ ਵੀ ਹੰਢਾਈ ਆ ਅਤੇ ਉਸ ਬੰਦੇ ਨੇ ਬਾਈਕਾਟ ਕੀਤਾ ਸੀ ਅਕਾਲੀ ਦਲ ਦਾ ਲਗਾਤਾਰ। ਮੇਰੇ ਪਿੰਡੋਂ ਐਰਕਾ ਇੰਨੀ ਆਮ ਆਦਮੀ ਦਾ ਜ਼ੋਰ ਸੀ ਅਤੇ ਤਾਂ ਵੀ 287 ਵੋਟਾਂ ਦੇ ਪਿੰਡ ਜਿਤਾਇਆ ਸੀ, ਨਹੀਂ ਤਾਂ ਸਾਡੇ ਪਿੰਡੋਂ ਅੱਜ ਤੱਕ ਅਕਾਲੀ ਦਲ ਨਹੀਂ ਸੀ ਰਿਹਾ ਅਤੇ ਮੰਤਰੀ ਸਾਹਿਬ ਨੇ ਖੁਦ ਜਾ ਕੇ ਉਸ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਆ ਪਿਛਲੇ ਹਫ਼ਤੇ। ਕਿਹੜੇ ਮੰਤਰੀ ਸਾਹਿਬ? ਸਰਦਾਰ ਗੁਲਜਾਰ ਸਿੰਘ ਰਣੀਕੇ ਜੀ ਨੇ ਅਤੇ ਬਸ ਫਿਰ ਉਸ ਤੋਂ ਦਿਲ ਟੁੱਟ ਗਿਆ ਵੀ ਇੱਕ ਟੇਬਲ 'ਤੇ ਇਕੱਠੇ ਨਹੀਂ ਬੈਠ ਸਕਦੇ, ਤੁਹਾਡੇ ਰਾਹ ਅਲੱਗ ਆ ਅਤੇ ਆਪਣੇ ਅਲੱਗ। BJP ਹੀ ਕਿਉਂ ਜੁਆਇਨ? BJP ਇਸ ਕਰਕੇ ਜੁਆਇਨ ਕੀਤੀ ਅਤੇ BJP ਦੇ ਵਿੱਚ ਸਿਆਣਾ ਦੇ ਕਹਾਵਤ ਆ ਵੀ ਚੜ੍ਹਦੇ ਸੂਰਜ ਨੂੰ ਸਲਾਮ ਆ, ਡੁੱਬਦੇ ਨੂੰ ਕੌਣ ਪੁੱਛਦਾ, ਇਹ ਚੜ੍ਹਦਾ ਸੂਰਜ ਆ। ਅਕਾਲੀ ਦਲ ਹੀ ਚੜ੍ਹਦਾ? ਨਹੀਂ, ਅਕਾਲੀ ਦਲ ਤਾਂ ਹੁਣ ਇਸ ਵੇਲੇ ਤੁਹਾਨੂੰ ਪਤਾ ਹੀ ਆ ਜਿਹੜੇ ਹਾਲਾਤਾਂ ਚੱਲਣ ਡਿਆ, ਉਹ ਮੈਂ ਜ਼ਿਆਦਾ ਨਾ ਹੀ ਕਹਾਂ, ਜੋ ਫਿਰ ਵੀ ਮਾਂ ਪਾਰਟੀ ਰਹੀ ਆ 23 ਸਾਲ ਵਿਚਾਰੇ ਉਹਦੇ ਵਿੱਚ, ਇਹ ਨਾ ਹੀ ਮੈਂ ਜ਼ਿਆਦਾ ਕਹਾਂ। ਕਿਸਾਨਾਂ ਵੱਲੋਂ ਵਿਰੋਧ ਵੀ ਹੋ ਰਿਹਾ BJP ਦਾ, ਕੀ ਕਹੋਗੇ? ਵੇਖੋ ਜਿਹੜੇ ਕਿਸਾਨ ਵਿਰੋਧ ਕਰ ਰਹੇ ਆ ਨਾ ਜੀ, ਉਹ ਕਿਸਾਨ ਮੇਨ ਬੈਠ ਕੇ ਗੱਲ ਕਰਨਾ, ਮੈਂ ਤਾਂ ਨਾ ਬਈ ਸਹੀ ਗੱਲ ਰਹੂਗੀ ਵਿਰੋਧ ਕਰਨ ਵਾਲੋਂ, ਟੌਕ ਟੇਬਲ ਬੈਠਣ, ਜਿਹੜੀ ਉਹਨਾਂ ਦੀ ਗੱਲਬਾਤ ਆ, ਜਿਹੜੀ ਉਹਨਾਂ ਦੀ ਮੁਸ਼ਕਲ ਆ, ਉਹ ਲੀਡਰ ਸਾਹਿਬਾਨ ਨੂੰ ਦੱਸਣ। ਜੇ ਲੀਡਰ ਸਾਹਿਬਾਨ ਨਹੀਂ ਪੂਰੀ ਕਰਦੇ, ਨਹੀਂ ਉਹਨਾਂ ਦੇ ਪੂਰੇ ਉਤਰਦੇ, ਫਿਰ ਇਸ ਚੀਜ਼ਾਂ ਦਾ ਵਿਰੋਧ ਕਰਨਾ, ਐਵੇਂ ਆਪਾਂ ਵਿਰੋਧ ਕਰਕੇ ਇੱਕ ਦੂਜੇ ਦੀ ਹਾਲਾ ਲਾਲਾ ਕਰਨਾ, ਉਹ ਕੋਈ ਚੰਗੀ ਗੱਲ ਨਹੀਂ ਆਪਣੇ ਵਾਸਤੇ। ਪਿੰਡਾਂ ਦੇ ਵਿੱਚ ਰਹਿੰਦੇ ਹੋ, ਭਰੋਸੇ ਦੇ ਵਿੱਚ ਲਓ ਜੀ? ਬਿਲਕੁਲ ਲਵਾਂਗੇ ਜੀ। ਅਟਾਰੀ ਹਲਕੇ ਦੇ ਵਿੱਚ ਜਿਹੜੇ ਸਾਡੇ ਇਸ ਬੈਲਟ ਦੀ ਆਪਣੀ ਪਿੰਡਾਂ ਦੀ ਬੈਲਟ ਆ, 27-28 ਪਿੰਡ ਆ ਸਾਡੇ ਜਿਹੜੇ, ਇਹ ਸਾਰਿਆਂ ਪਿੰਡਾਂ ਦੇ ਵਿੱਚੋਂ ਮਾਲਕ ਦੀ ਕਿਰਪਾ ਨਾਲ ਪਹਿਲੇ ਨੰਬਰ 'ਤੇ ਪਿੰਡ ਲਿਆਵਾਂਗੇ। ਵੋਟਾਂ ਦੇ ਨੇੜੇ ਕਿਉਂ ਜਿਹੜਾ ਦਲ ਬਦਲਿਆ ਜਾਂਦਾ, ਪਹਿਲੀ ਕਿਉਂ ਨਹੀਂ? ਨਹੀਂ, ਵੋਟਾਂ ਦੇ ਨੇੜੇ ਦਲ ਹੀ ਬਦਲਿਆ ਗਿਆ, ਇਹਦੇ ਵਿੱਚ ਪਿਛਲੇ ਹਫ਼ਤੇ ਹੀ ਇਹ ਕੰਮ ਹੋਇਆ ਮੇਰੇ ਨਾਲ। ਜੇ ਪਹਿਲਾਂ ਹੁੰਦਾ ਤਾਂ ਮੈਂ ਪਹਿਲਾਂ ਬਦਲ ਦੇਣਾ ਸੀ। ਨਾ ਨਾ, ਜੇ ਪਹਿਲਾਂ ਬਦਲਦੇ ਨਾ, ਪਹਿਲਾਂ ਇਹ ਪ੍ਰੋਗਰਾਮ ਉਹਨਾਂ ਦਾ ਬਣਦਾ ਕਿ ਪਹਿਲਾਂ ਜਾ ਕੇ ਮਨਾਉਣ ਦੀ ਕੋਸ਼ਿਸ਼ ਹੁੰਦੀ ਨਾ, ਮੈਂ ਪਹਿਲਾਂ ਕਰ ਦੇਣਾ ਸੀ। ਜੇ ਮੈਂ 23 ਸਾਲ ਲਗਾਤਾਰ ਰਿਹਾ ਹਾਂ, ਤੁਹਾਨੂੰ ਵੀ ਪਤਾ, ਤੁਸੀਂ ਮੇਰੇ ਨਾਲ ਹੀ ਚੱਲਦੇ ਰਹੇ ਜੇ, ਕੀ ਕੁਝ ਪਿੰਡਾਂ 'ਚ ਕਰਦੇ ਰਹੇ, ਤੁਹਾਨੂੰ ਹਰ ਇੱਕ ਚੀਜ਼ ਤੋਂ ਤੁਸੀਂ ਜਾਣੋ ਜੇ। ਤੁਹਾਨੂੰ ਵਾਸ ਮਨਾਉਣ ਦੀ ਕੋਸ਼ਿਸ਼ ਕੀਤੀ? ਨਾ, ਉਹ ਕੰਮ ਹੋਟ ਆ, ਇਹ ਮਨਾਉਣ ਵਾਲਾ ਕੰਮ ਜਿਹੜਾ ਵਾ ਐਤਵਾਰ ਸਿਆਲੀ ਸਾਹਿਬ ਦੇ ਦਫ਼ਤਰ, ਮੇਰੇ ਸਤਿਕਾਰਯੋਗ ਵਕੀਲ ਨੇ ਉਹਨਾਂ ਦੇ ਦਫ਼ਤਰ ਬੈਠ ਕੇ, ਮੰਤਰੀ ਸਾਹਿਬ ਖੁਦ ਆਏ ਸੀ, ਇਹ ਸਾਰੇ ਕੰਮ ਹੋਟ ਆ। ਦੇਖੋ ਅੱਜ ਆਪਾਂ ਅੰਮ੍ਰਿਤਸਰ ਰੂਰਲ 'ਚ ਆਏ ਹਾਂ ਅਤੇ ਤੁਸੀਂ ਦੇਖਿਆ ਹੈ ਕਿ
ਕਿੰਨੇ ਖੁੱਲ੍ਹ ਕੇ ਇੱਥੋਂ ਦੇ ਪਰਿਵਾਰ ਬੀ ਜੇ ਪੀ 'ਚ ਜੁਆਇਨ ਕਰ ਰਹੇ ਨੇ। ਇਹ ਗੱਲ ਸਾਫ਼ ਹੋ ਜਾਂਦੀ ਆ ਕਿ ਆਪਣੇ ਰੂਰਲ ਇਲਾਕਿਆਂ 'ਚ ਵੀ ਲੋਕ ਚਾਹੁੰਦੇ ਨੇ ਕਿ ਇੱਥੇ ਵੀ ਡਿਵੈਲਪਮੈਂਟ ਹੋਵੇ, ਔਰ ਖਾਸ ਤੌਰ 'ਤੇ ਸਾਡੇ ਕਿਸਾਨ ਭਰਾ ਅਤੇ ਸਾਡੇ ਮਜ਼ਦੂਰ ਭਰਾ ਜਿਹੜੇ ਇੱਥੇ ਕੰਮ ਕਰਦੇ ਨੇ ਉਹਨਾਂ ਦੀਆਂ ਇਨਕਮਾਂ ਵਧਣ। ਅਤੇ ਤੁਹਾਨੂੰ ਪਤਾ ਆ ਕਿ ਕਿੰਨੀਆਂ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਸਕੀਮਾਂ ਨੇ ਜਿਹੜੀਆਂ ਇੱਥੋਂ ਤੱਕ ਲੋਕਾਂ ਤੱਕ ਨਹੀਂ ਪਹੁੰਚਦੀਆਂ। ਆਹ ਨੀਲੇ ਕਾਰਡ ਕੈਂਸਲ ਹੋਏ ਨੇ, ਆਪਣਾ ਪੱਕੇ ਛੱਤਾਂ ਵਾਲੀ ਲੋਕ ਗੱਲ ਕਰਦੇ ਨੇ, ਅਤੇ ਹੋਰ ਵੀ ਕਈ। ਮੈਂ ਤਾਂ ਵਾਰ ਵਾਰ ਇਹ ਵੀ ਕਹਿੰਦਾ ਹਾਂ ਕਿ ਇਹ ਇਲਾਕਾ ਇੰਨਾ ਰਾਜਾ ਸਾਂਸੀ ਦੇ ਕਲੋਜ਼ ਆ, ਅਤੇ ਸਾਨੂੰ ਇੱਥੋਂ ਦੀਆਂ ਫਸਲਾਂ ਅਤੇ ਫਰੂਟ ਜਿਹੜੇ ਨੇ ਉਹ ਐਕਸਪੋਰਟ ਕਰਨੇ ਚਾਹੀਦੇ, ਤਾਂ ਹੀ ਤਾਂ ਸਾਡੇ ਭਰਾਵਾਂ ਭੈਣਾਂ ਦੀਆਂ ਇਨਕਮਾਂ ਵਧਣਗੀਆਂ, ਅਤੇ ਉਹਨਾਂ ਦੀਆਂ ਇਨਕਮਾਂ ਵਧਣਗੀਆਂ, ਗਾਂਹ ਮਜ਼ਦੂਰਾਂ ਦੀਆਂ ਵੀ ਇਨਕਮਾਂ ਵਧਣਗੀਆਂ। ਅਤੇ ਇਹ ਜਿਹੜੀ ਜੁਆਇਨਿੰਗ ਆ, ਇਹ ਗਾਂਹ ਦੀ ਸੋਚ ਦੀ ਜੁਆਇਨਿੰਗ ਆ, ਅਤੇ ਸਾਡੇ ਤੁਸੀਂ ਦੇਖਿਆ ਕਾਫੀ ਭੈਣਾਂ ਨੇ ਵੀ ਜੁਆਇਨ ਕੀਤਾ ਆ। ਉਹ ਦੇਖਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਭਾਰਤ 'ਚ ਜਿੰਨੀ ਖੁਸ਼ਹਾਲੀ ਲਿਆਈ ਹੈ, ਜਿੰਨੀਆਂ ਹੋਰ ਜਗ੍ਹਾ ਆਪਣੇ ਸਪੈਸ਼ਲ ਪ੍ਰੋਗਰਾਮ ਦਿੱਤੇ ਜਾ ਰਹੇ ਨੇ। ਅੱਜ ਸਾਡੇ ਵਿੱਚ ਚੰਡੇਲ ਸਾਹਿਬ ਵੀ ਆਏ ਨੇ, ਇਹ ਹਿਮਾਚਲ ਪ੍ਰਦੇਸ਼ ਦੇ 3 ਵਾਰੀ ਮੈਂਬਰ ਪਾਰਲੀਮੈਂਟ ਰਹੇ ਨੇ, ਉੱਥੋਂ ਦੇ ਪ੍ਰਧਾਨ ਵੀ ਰਹੇ ਨੇ, ਅਤੇ ਇਹਨਾਂ ਨੇ ਆਪ ਆ ਕੇ ਇੱਥੇ ਸਭ ਦਾ ਉਤਸ਼ਾਹ ਵਧਾਇਆ। ਸੰਤ ਸਾਹਿਬ, ਜਿੱਥੇ ਜੁਆਇਨਿੰਗ ਹੋ ਰਹੀਆਂ ਨੇ ਉੱਥੇ ਕਿਸਾਨਾਂ ਵੱਲੋਂ ਵਿਰੋਧ ਵੀ ਹੋ ਰਿਹਾ ਲਗਾਤਾਰ, ਕੀ ਕਹਿਣਾ ਚਾਹੁੰਦੇ? ਦੇਖੋ, ਵਿਰੋਧ ਤਾਂ ਕਿਤੇ ਵੀ, ਇਹ ਖਾਸ ਤੌਰ 'ਤੇ ਡੈਮੋਕ੍ਰੈਟਿਕ ਕੰਟਰੀ ਆ, ਲੇਕਿਨ ਵਿਰੋਧ ਕੁਛ ਮੁੱਦਿਆਂ 'ਤੇ ਹੋਣਾ ਚਾਹੀਦਾ। ਵਿਰੋਧ ਇਸ ਲਈ ਨਹੀਂ ਹੋਣਾ ਚਾਹੀਦਾ ਕਿ ਅਸੀਂ ਦੂਜੇ ਦੀ ਗੱਲ ਹੀ ਨਾ ਸੁਣੀਏ, ਗੱਲ ਕਰਕੇ ਹੀ ਹੱਲ ਨਿਕਲਦਾ ਆ। ਅਤੇ ਮੈਂ ਸਾਰਿਆਂ ਨੂੰ ਇਹੋ ਹੀ ਅਪੀਲ ਕਰਾਂਗਾ, ਮੈਂ ਆਪ ਇੱਕ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ, ਕਿ ਗੱਲ ਸੀਰੀਅਸ ਹੋਣੀ ਚਾਹੀਦੀ ਆ, ਇਹਦੇ 'ਚ ਪੋਲੀਟਿਕਸ ਨਹੀਂ ਖੇਡਣੀ ਚਾਹੀਦੀ। ਇੱਥੇ ਦੇ ਇੱਕ ਨਵੇਂ ਹੀ ਲੀਡਰ ਉੱਗੇ ਹੋਏ ਨੇ ਜਿਹੜੇ ਕਹਿੰਦੇ ਨੇ ਕਿ ਲੈ ਜੀ, ਇਹਨਾਂ ਨੇ ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿਤਾ, ਫਲਾਣ ਵਿਰੋਧੀ ਕਹਿਤਾ। ਮੈਨੂੰ ਤਾਂ ਨਹੀਂ ਯਾਦ ਮੈਂ ਕੋਈ ਇਹੋ ਜਿਹੀ ਗੱਲ ਕਹੀ ਹੋਵੇ। ਤੁਹਾਡੇ ਸਾਹਮਣੇ ਹੀ ਮੈਂ ਕਹਿੰਦਾ ਹਾਂ ਕਿ ਜਿਹੜੇ ਸਾਰੇ ਕਿਸਾਨ ਨੇ ਸਾਡੇ ਭਰਾ ਨੇ, ਲੇਕਿਨ ਜਿਹੜੇ ਉਹਨਾਂ ਦੇ ਲੀਡਰ ਨੇ ਉਹਨਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਮੈਂ ਕਈ ਵਾਰੀ ਇੱਥੇ ਗੱਲਾਂ ਕਹੀਆਂ ਕਿ ਕਿਸ ਤਰ੍ਹਾਂ ਇੱਥੋਂ ਦੀਆਂ ਫਸਲਾਂ ਅਤੇ ਫਰੂਟ ਇੱਥੋਂ 2 ਘੰਟੇ ਦੂਰ ਸਾਊਦੀ ਅਰੇਬੀਆ, UAE, ਦੁਬਈ 'ਚ ਜਾ ਸਕਦੇ ਨੇ। ਉੱਥੋਂ ਦੀ ਸਭ ਤੋਂ ਵੱਡੀ ਜਿਹੜੀ ਮਾਰਕੀਟ ਆ, ਸੁਪਰ ਮਾਰਕੀਟ, ਉਹਨਾਂ ਦੀ ਇੱਕ ਫੈਕਟਰੀ ਮੋਹਾਲੀ ਲੱਗੀ ਆ। ਇਹ ਕਦੀ ਕਿਸੇ ਨੇ, ਇਹ ਜਿਹੜੇ ਨਵੇਂ ਨਵੇਂ ਲੀਡਰ ਬਣੇ ਨੇ, ਕਦੀ ਇਹੋ ਜਿਹੀਆਂ ਵੀ ਗੱਲਾਂ ਕੀਤੀਆਂ ਨੇ? ਐਵੇਂ ਲੋਕਾਂ ਨੂੰ ਉਤਸ਼ਾਹ, ਇਹ ਜਿਹੜੀਆਂ ਡੈਮੋਨਸਟ੍ਰੇਸ਼ਨ ਹੁੰਦੀਆਂ ਨੇ ਇਹਨਾਂ ਨੂੰ ਜ਼ਿਆਦੀਆਂ ਦੇਖਦੀਆਂ ਨੇ। ਲੋਕਾਂ ਦੇ ਹਿੱਤ 'ਚ ਕੰਮ ਕਰਨ, ਥੋੜ੍ਹੀ ਜਿਹੀ ਸ਼ਰਮ ਆਉਣੀ ਚਾਹੀਦੀ ਆ। ਅਤੇ ਹੋਰ ਮੈਂ ਬੜਾ ਕੁਛ ਕਹਿ ਸਕਦਾ ਸੀ, ਲੇਕਿਨ ਮੈਂ ਮਿੱਟੀ ਨਹੀਂ ਸੁੱਟਣੀ। ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ, ਉਹਦੇ 'ਤੇ ਕੋਈ ਅਗਰ ਵਾਅਦ ਦਿੰਦੇ ਨੇ, ਗੱਲ ਦੱਸਦੇ ਨੇ, ਤਾਂ ਮੈਂ ਪੂਰੇ ਖੁੱਲ੍ਹੇ ਦਿਲ ਨਾਲ, ਖੁੱਲ੍ਹੇ ਕੰਨ ਨਾਲ
ਉਹ ਸੁਣ ਕੇ ਤੇ ਵਿਚਾਰ ਕਰਨ ਨੂੰ ਵੀ ਤਿਆਰ ਆ। ਇੱਕ ਸਰ ਅੱਜ ਜਿਹੜਾ ਪ੍ਰੋਗਰਾਮ ਸੀ ਉਹ ਵੀ ਇੱਕ ਕਿਸਾਨੀ ਮੋਰਚੇ ਦਾ ਸੀ ਪ੍ਰੋਗਰਾਮ ਜਿਹੜਾ ਨਾ ਬੀਜੇਪੀ ਦਾ ਜਿਹੜਾ ਕਿਸਾਨੀ ਮੋਰਚਾ ਹੈ। ਅੱਜ ਆਪਣਾ ਕਈ ਭਰਾ ਭੈਣਾਂ ਨੇ ਜੁਆਇਨ ਕੀਤੀ ਆ ਭਾਜਪਾ, ਤੁਸੀਂ ਖੁਦ ਦੇਖਿਆ ਜ਼ਿਆਦਾਤਰ ਇਹ ਪ੍ਰੋਗਰਾਮ ਉਹਦਾ ਸੀਗਾ ਅਤੇ ਕਾਫੀ ਲੋਕ, ਤੁਹਾਨੂੰ ਪਤਾ ਕਿ ਇਹ ਗਲਤ ਗੱਲ ਹੈ, ਤੁਸੀਂ ਲੋਕਾਂ ਨੂੰ ਡਰਾਓ ਧਮਕਾਓ, ਇਹੋ ਜਿਹੀ ਚੀਜ਼ ਕਰਨੀ ਨਹੀਂ ਚਾਹੀਦੀ। ਅਗਰ ਦੂਜੇ ਦਾ ਹੱਕ ਨਹੀਂ ਆਪਾਂ ਰਿਸਪੈਕਟ ਕਰਾਂਗੇ ਤੇ ਸਾਡਾ ਹੱਕ ਵੀ ਫਿਰ ਕੱਲ ਕੌਣ ਕੋਈ ਰਿਸਪੈਕਟ ਕਰੇਗਾ। ਪਹਿਲਾਂ ਤੇ ਜਿੰਨੇ ਮੇਰਾ ਵੀਰਾਂ ਨੇ ਅੱਜ ਬੀਜੇਪੀ ਜੁਆਇਨ ਕੀਤੀ ਆ ਉਹਨਾਂ ਦਾ ਅਸੀਂ ਪੁਰਜ਼ੋਰ ਪਾਰਟੀ 'ਚ ਸਵਾਗਤ ਕਰਦੇ ਹਾਂ ਔਰ ਉਹਨਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਪਾਰਟੀ ਹਮੇਸ਼ਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੂਗੀ। ਉਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਉਹਨਾਂ ਦੇ ਚੋਣਾਂ ਦੇ ਵਿੱਚ ਇਹ ਜੁਆਇਨ ਕੀਤੀ ਹੈ ਅਤੇ ਪਹਿਲੀ ਤਰੀਕ ਨੂੰ ਚੋਣਾਂ ਨੇ, ਅਤੇ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਹੁਣ ਜਿਹੜੇ 20 ਦਿਨ ਇਲੈਕਸ਼ਨ ਦੇ ਰਹਿ ਗਏ ਆ ਡੱਟ ਕੇ ਪਾਰਟੀ ਦਾ ਸਾਥ ਦੇਣ ਔਰ ਦਿਨ ਰਾਤ ਮਿਹਨਤ ਕਰਕੇ ਅਤੇ ਇੰਨਾ ਵਧੀਆ ਕੈਂਡੀਡੇਟ ਜਿਹੜਾ ਸਾਨੂੰ ਲੋਕ ਸਭਾ ਅੰਮ੍ਰਿਤਸਰ ਨੂੰ ਮਿਲਿਆ ਗੁਰੂ ਦੀ ਨਗਰੀ ਨੂੰ ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਜੀ, ਉਹਨਾਂ ਨੂੰ ਜਿਤਾ ਕੇ ਅਤੇ ਪਾਰਲੀਮੈਂਟ 'ਚ ਭਿੱਜ ਗਏ ਅਤੇ ਮੋਦੀ ਸਾਹਿਬ ਦੀ ਜਿਹੜੀ ਬਣ ਰਹੀ ਸਰਕਾਰ ਹੈ 2024 'ਚ ਉਹ 'ਚ ਹਿੱਸਾ ਪਾ ਸਕੇ। ਹਲਕਾ ਅਟਾਰੀ ਦੇ ਵਿੱਚੋਂ ਕਿਵੇਂ ਸਮਰਥਨ ਮਿਲ ਰਿਹਾ ਜੀ ਬੀਜੇਪੀ? ਹਲਕਾ ਅਟਾਰੀ ਬਾਬੇ ਜੀ ਦੀ ਬਹੁਤ ਕਿਰਪਾ ਆ, ਇਸ ਗੁਰੂ ਰਾਮਦਾਸ ਦੀ, ਭਗਵਾਨ ਵਾਲਮੀਕ ਦੀ ਇੰਨੀ ਕਿਰਪਾ ਆ ਕਿ ਮੈਂ ਕੱਲ੍ਹ 5 ਪ੍ਰੋਗਰਾਮ ਸੀ ਮੇਰੇ 5 ਪਿੰਡਾਂ 'ਚ ਔਰ ਮੇਰਾ ਖਿਆਲ ਹਰ ਪਿੰਡ 300-400 ਦਾ ਇਕੱਠ ਸੀ, ਭਾਵੇਂ ਧਨੋਇਆ ਕਲਾਂ ਬਾਰਡਰ 'ਤੇ ਹੈ, ਭਾਵੇਂ ਰਣੀਕੇ ਪਿੰਡ ਹੈ, ਵਨਚਰੀ ਹੈ, ਮਢਿਆਲਾ ਆ, ਗੁਰੂਵਾਲੀ ਹੈ, ਸਾਰੇ ਪਿੰਡਾਂ ਦੇ ਸੀ। ਅੱਜ ਜਗਤਪੁਰ ਬਜਾਜ ਫਤਿਹਗੜ੍ਹ ਸ਼ੁਕਰ ਚੱਕ ਸੀ, ਇੰਨੇ ਵਧੀਆ ਪ੍ਰੋਗਰਾਮ ਹੋਣ ਡਿਆ, ਪੂਰਾ ਉਤਸ਼ਾਹ ਆ। ਔਰ ਸੱਚ ਕਰਕੇ ਜਾਣਿਓ ਕਿ ਅਟਾਰੀ ਹਲਕਾ ਪੂਰੇ ਯੋਗ ਨਾਲ ਜਿੱਤ ਕੇ ਔਰ ਸੰਧੂ ਸਾਹਿਬ ਨੂੰ ਜਿਤਾ ਕੇ ਪਾਰਲੀਮੈਂਟ 'ਚ ਭੇਜਾਂਗੇ।